प्रधानमंत्री नरेंद्र मोदी ਦੇ ਗ੍ਰਹਿ ਸੂਬੇ ਅਤੇ ਪਾਰਟੀ ਦਾ ਰਾਖਵਾਂਕਰਨ ਅੰਦੋਲਨ ਦੇ ਚਰਚਿਤ ਨੇਤਾ ਰਹੇ ਹਾਰਦਿਕ ਪਟੇਲ ਜਲਦੀ ਹੀ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਹਨਾਂ ਨੇ 18 ਮਈ ਨੂੰ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਭਾਜਪਾ ਸੂਤਰਾਂ ਨੇ ਦੱਸਿਆ ਹੈ ਕਿ ਹਾਰਦਿਕ ਦੇ 2 ਜੂਨ ਨੂੰ ਪਾਰਟੀ ਦੇ ਸੂਬਾਈ ਹੈੱਡਕੁਆਰਟਰ ਰਾਜਧਾਨੀ ਗਾਂਧੀ ਨਗਰ ਨੇੜੇ ਸ਼੍ਰੀ ਕਲਮ ਕੋਬਾ ਵਿਖੇ ਅਧਿਕਾਰਤ ਤੌਰ ਤੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਉਹ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੀ ਆਰ ਪਾਟਿਲ ਦੀ ਮੌਜੂਦਗੀ ਵਿੱਚ ਭਗਵਾ ਬਾਣਾ ਪਹਿਨ ਸਕਦੇ ਹਨ। ਖਾਸ ਗੱਲ ਇਹ ਹੈ ਕਿ ਜੇਕਰ ਹਾਰਦਿਕ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਤਿਕੜੀ ਵਿੱਚੋਂ ਇਕਲੌਤਾ ਆਗੂ ਵਡਗਾਮ ਦੇ ਕਾਂਗਰਸ ਸਮਰਪਿਤ ਆਜ਼ਾਦ ਵਿਧਾਇਕ ਜਗਨੇਸ਼ ਮੈਵਾਨੀ ਹੀ ਕੇਸਰੀਆ ਦਲ ਦੇ ਵਿਰੋਧੀ ਰਹਿ ਜਾਣਗੇ।